ਟੈਸਟੋਸਟੀਰਨ ਜਿਹੜਾ ਆਪਾਂ ਮੇਲ ਬੋਡੀ ਦੀ ਜਦੋਂ ਗੱਲ ਕਰਦੇ ਆ ਤੇ ਸਭ ਤੋਂ ਇੱਕ ਅਹਿਮ ਹਾਰਮੋਨ ਜਿਹੜਾ ਮੰਨਿਆ ਜਾਂਦਾ ਆ ਬਹੁਤ ਸਾਰੀ ਇਹਦੇ ਬਾਰੇ ਕੁਇਰੀ ਆ ਰਹੀ ਆ ਸਵਾਲ ਆ ਰਹੇ ਆ ਕਿ ਟੈਸਟੋਸਟੀਰਨ ਅੱਜਕੱਲ ਜਿਹੜਾ ਮੁੰਡੇ ਕਹਿੰਦੇ ਘਟਦਾ ਬਹੁਤ ਛੇਤੀ ਆ ਕੀ ਕਾਰਨ ਹੈ ਇਹਦਾ ਦੇਖੋ ਟੈਸਟੋਸਟੀਰਨ ਮੇਲ ਦੀ ਬੋਡੀ ਦਾ ਇੱਕ ਕਹਿ ਲਈਏ ਕਿ ਇੰਜਨ ਆ ਜਿੱਦਾਂ ਵਹੀਕਲ ਦੇ ਵਿੱਚ ਇੰਕਾਰ ਦੇ ਵਿੱਚ ਸਾਰੇ ਪਾਰਟਸ ਲੱਗੇ ਟਾਇਰ ਲੱਗਾ ਚੈਸੀ ਲੱਗੀ ਹੋਰ ਚੀਜ਼ਾਂ ਲੱਗੀਆਂ ਪਰ ਇੰਜਣ ਜਿਹੜਾ ਮੇਨ ਉਹ ਸਾਰੀ ਗੱਡੀ ਉਹ ਗਾਇਬਾ ਉਹ ਗਾਇਬਾ ਜੇ ਉਹ ਨਾ ਹੋਵੇ ਤਾਂ ਇਹਦੇ ਜੇ ਬੋਡੀ ਟੈਸਟ ਜਿਹੜਾ ਲੋ ਹੋਵੇ ਟੈਸਟ ਜਿਹੜਾ ਹੈਗਾ ਇਹ ਤੋਂ ਬਿਨਾ ਕੋਈ ਵੀ ਮੇਲ ਦੀ ਬੋਡੀ ਨਹੀਂ ਚੱਲਦੀ ਚਾਹੇ ਕਿਸੇ ਵੀ ਉਮਰ ਚ ਹੋਵੇ ਤੇ ਇਹਦੀ ਜਿਹੜੀ ਉਮਰ ਆ ਜਦੋਂ ਇਹਦੀ ਉਤਪਤੀ ਹੁੰਦੀ ਆ ਤੁਸੀਂ ਮੰਨ ਕੇ ਚੱਲੋ ਸਾਲ ਬਰ ਸਾਲ ਪਿੱਛੇ ਜਾਈ ਜਾਂਦੀ ਆ ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ ਇਹ 20 ਸਾਲ ਤੋਂ ਵਧੀਆ ਹੁੰਦਾ ਸੀ ਹੁਣ ਇਹ ਹੌਲੀ 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 ਪਿੱਛੇ ਜਾਈ ਜਾ ਰਿਹਾ 15 14 ਇੱਥੇ ਆ ਚੁੱਕਿਆ 15 ਸਾਲ ਤੇ ਪੀਕ ਤੇ ਆਉਣਾ ਸ਼ੁਰੂ ਹੋ ਜਾਂਦਾ ਜਿਹਨੂੰ ਅਸੀਂ ਟੀਨੇਜ ਕਹਿੰਦੇ ਟੀਨੇਜ ਵੀ ਘਟਦੀ ਜਾਂਦੀ ਪਹਿਲਾਂ ਟੀਨੇਜ 15 16 ਸਾਲ ਦੀ ਉਮਰ ਨੂੰ ਕਿਹਾ ਜਾਂਦਾ ਸੀ ਅੱਜ ਤੋਂ 10 ਸਾਲ ਪਹਿਲਾਂ ਹੁਣ ਟੀਨੇਜ ਪਿੱਛੇ ਪਿੱਛੇ ਜਾਈ ਜਾਂਦੀ ਕਿਉਂ ਤੁਰੇ ਜਾਂਦੀ ਬਿਲਕੁਲ ਕਿਉਂ ਤੁਰੀਆਂ ਤੁਰੀਆਂ ਜਾਂਦੀ ਕਿਉਂਕਿ ਸਾਰੀਆਂ ਚੀਜ਼ਾਂ ਇਹ ਸਾਡੇ ਖਾਣ ਪੀਣ ਦੀ ਆਦਤਾਂ ਚੁੜੀਆਂ ਹੋਈਆਂ ਹੁਣ ਟੈਸਟੋਸਟੀਰੋਨ ਘਟਣ ਦਾ ਜਿਹੜਾ ਮੁੱਖ ਕਾਰਨ ਆ ਉਹ ਕੀ ਹੈਗਾ ਆ ਕਿ ਸਾਡਾ ਜਿਹੜਾ ਖਾਣ ਪੀਣ ਗਲਤ ਆ ਪਹਿਲਾਂ ਮੈਂ ਗੱਲ ਕੀਤੀ ਇਹਨੂੰ ਕਿ ਇੰਜਨ ਲਾਈਕ ਅਸੀਂ ਮੰਨ ਕੇ ਚੱਲੀਏ ਤੇ ਇੰਜਨ ਕਿਦੋਂ ਸਹੀ ਚੱਲਦਾ ਆ ਜਦੋਂ ਉਹਦੀ ਦੇਖਭਾਲ ਸਹੀ ਹੋਵੇ ਉਹਦੇ ਵਿੱਚ ਫਿਊਲ ਸਹੀ ਜਾਵੇ ਇਹਦੇ ਸਾਡਾ ਖਾਣਾ ਆ ਇਹਦੇ ਵਿੱਚ ਖਾਣਾ ਜਿੰਨਾ ਜ਼ਿਆਦਾ ਅੱਜ ਦੀ ਡਿਜੀਟਲ ਪ੍ਰੋਸੈਸ ਯੂਜ਼ ਹੋ ਰਿਹਾ ਸਾਡੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਬਿਲਕੁਲ ਯੰਗ ਏਜ ਚ ਹੈਗੇ 20 22 ਸਾਲਾਂ ਦੇ ਉਹਨਾਂ ਨੂੰ ਪਤਾ ਹੀ ਨਹੀਂ ਰਹਿ ਗਿਆ ਕਿ ਖਾਣਾ ਕੀ ਆ ਕਿੱਦਾਂ ਦਾ ਖਾਣਾ ਉਹਨਾਂ ਨੂੰ ਇਹ ਪਤਾ ਖਾਣਾ ਜਿਹੜਾ ਮੂੰਹ ਨੂੰ ਚੰਗਾ ਲੱਗਦਾ ਸ਼ਾਇਦ ਉਹ ਚੰਗਾ ਆ। ਦੇਖੋ ਦੇਖੀ ਆ ਜਾਂ ਵਿਖਾਵਾ ਆ ਜਾਂ ਖਿੱਚ ਆ ਜਾਂ 스멜 ਆ ਰਹੀ ਹੋਵੇ। ਜਿੱਦਾਂ ਅਸੀਂ ਕਹਿੰਨੇ ਕਿ ਜਿਹੜੇ ਟੀਨੇਜ ਹੁੰਦੇ ਇਹਨਾਂ ਦਾ ਦਿਮਾਗ ਬਿਲਕੁਲ ਕਲੀਅਰ ਹੁੰਦਾ ਹਮ ਬੱਚੇ ਦਾ ਦਿਮਾਗ ਇਹਨਾਂ ਤੋਂ ਕਲੀਅਰ ਹੁੰਦਾ ਉਹ ਚ ਜੋ ਫੀਡ ਕਰਦੇ ਹੋ ਹੁਣ ਇਹਨਾਂ ਦਾ ਦਿਮਾਗ ਇਹੇ ਉਮਰ ਆਪਾਂ ਸੁਣਦੇ ਸੀ ਕਿ ਬਣਦੀ ਆ ਇਹੇ ਵਿਗੜਨਦੀ ਆ ਜੀ ਜੋ ਅਸੀਂ 25 ਤੋਂ 20 ਤੋਂ 25 ਸਾਲ ਦੀ ਉਮਰ ਚ ਕਰਨਾ ਸ਼ੁਰੂ ਕੀਤਾ ਅੱਜ ਅਸੀਂ ਉਹੋ ਹੀ ਕਰ ਰਹੇ ਹਾਂ ਜਿਹੜਾ ਪੋਜ਼ਿਟਿਵ ਕਰ ਰਹੇ ਪੋਜ਼ਿਟਿਵ ਜਿਹੜਾ ਉਹੋ ਹੀ ਉਮਰ ਆ ਉਹਦੇ ਵਿੱਚ ਹੀ ਇਹਨਾਂ ਨੂੰ ਇਹ ਲੱਗਦਾ ਹੈ ਕਿ ਇਹਦੇ ਵਿੱਚ ਜਿਹੜਾ ਅੱਜ ਦੀ ਡੇਟ ਚ ਈਜ਼ੀ ਹੋ ਗਿਆ ਸਭ ਤੋਂ ਪਹਿਲਾਂ ਮੋਬਾਈਲ ਹਮ ਮੋਬਾਈਲ ਜਿਹੜਾ ਹੈ ਹਰ ਇੱਕ ਜੇਬ ਚ ਆ ਉਸ ਮੋਬਾਈਲ 'ਚ ਹਰੇਕ 'ਚ ਐਪ ਹੈਗੀ ਆ ਜਿੱਥੋਂ ਅਸੀਂ ਫਾਸਟ ਫੂਡ ਆਰਡਰ ਕਰ ਸਕਦੇ ਹਾਂ ਜਿਹੜਾ ਇਹਨਾਂ ਨੂੰ ਅ ਬਣਨ ਨੂੰ ਖਿੱਚਦਾ ਆ ਜਾਂ ਜਲਦੀ ਜਲਦੀ ਆ ਜਾਂਦਾ ਆ ਹੁਣ ਆ ਮੋਬਾਈਲ ਦੇ ਵਿੱਚ ਐਪ ਆ ਉਹਦੇ ਵਿੱਚ ਫਾਸਟ ਫੂਡ ਆਰਡਰ ਕਰ ਸਕਦੇ ਹਾਂ ਬਿਲਕੁਲ ਤੁਸੀਂ ਜੇ ਕੋਈ ਕੁਦਰਤੀ ਚੀਜ਼ ਆਰਡਰ ਕਰਨੀ ਆ ਕੋਈ ਦੁੱਧ ਦਾ ਲੱਸੀ ਮੰਗਵੋਣੀ ਆ ਪਹਿਲਾਂ ਤਾਂ ਉਹ ਆਉਣ ਹੀ ਨਹੀਂ ਹਰੀਆਂ ਸਬਜ਼ੀਆਂ ਮੰਗਵੋਣੀ ਆ ਪਹਿਲਾਂ ਤਾਂ ਉਹ ਆਉਣ ਹੀ ਨਹੀਂ ਤੇ ਜੇ ਕਿਤੇ ਉਹ ਅੱਜ ਦੀ ਡੇਟ 'ਚ ਐਪ ਆ ਚੁੱਕੀਆਂ ਹੂੰ ਹਰ ਜਗ੍ਹਾ ਕੰਮ ਨਹੀਂ ਕਰਦੀ ਪਈਆਂ ਉਹ ਜ਼ਿਆਦਾਤਰ ਤਾਂ ਜਾਂ ਤਾਂ ਨਾਟ ਅਵੇਲੇਬਲ ਆ ਜਾਂ ਆਊਟ ਆਫ ਸਟਾਕ ਆ ਇਹ ਚੀਜ਼ ਅਵੇਲੇਬਲ ਨਹੀਂ ਜੀ ਸਟਾਕ ਕਦੋਂ ਆਊਗਾ ਮਾਰਕੀਟ 'ਚ ਜਦੋਂ ਤੁਸੀਂ ਉਹਦੀ ਡਿਮਾਂਡ ਕਰੋਗੇ ਤੇ ਡਿਮਾਂਡ ਤੁਸੀਂ ਕਰਦੇ ਨਹੀਂ ਇੱਕ ਵਾਰੀ ਹਰ ਚੀਜ਼ ਸ਼ੁਰੂ ਹੁੰਦੀ ਆ ਬੂਟਾ ਹਰ ਕੋਈ ਲਾਉਂਦਾ ਆ ਪਰ ਬੂਟਾ ਜਿਹੜਾ ਇੱਕ ਛੋਟਾ ਪੌਦਾ ਲਾਇਆ ਰੁੱਖ ਕੇ ਤੋਂ ਬਣਦਾ ਜਦੋਂ ਅਸੀਂ ਉਹਦੀ ਦੇਖਭਾਲ ਕਰਦੇ ਆ ਇਦਾਂ ਇਹ ਤੇਸਟੋਸਟੀਰੋਨ ਨਾ ਤੇਸਟੋਸਟੀਰੋਨ ਜਦੋਂ ਤੁਸੀਂ ਪ੍ਰੋਸੈਸਡ ਫੂਡ ਦਿੰਨੇ ਆ ਬੱਚਿਆਂ ਨੂੰ ਇਹ ਪਤਾ ਆ ਟੀਨਏਜ ਨੂੰ ਜਿੱਥੇ ਵੱਧਦਾ ਆ ਵੀ ਆਹ ਖਾਣਾ ਖਾਣਾ ਉਹ ਕਹਿੰਦੇ 버거 ਖਾਣਾ ਬੜਾ ਵਧੀਆ ਆ ਪਰ ਤੁਸੀਂ ਦੇਖੋ 버거 ਦੇ ਵਿੱਚ ਕੀ ਆ 버거 ਤਾਂ ਬੇਸ ਕਾ ਦਾ ਆ ਮੈਦੇ ਦਾ ਵੀਜ਼ਾ ਖਾਣਾ ਪਿੱਦੇ ਦਾ ਬੇਸ ਕਾ ਦਾ ਆ ਮੈਦੇ ਦਾ ਹੁਣ ਅਸੀਂ ਜੇ ਸਵੀਟਸ ਦੀ ਗੱਲ ਕਰੀਏ ਮਠਿਆਈਆਂ ਤੁਸੀਂ ਮਠਿਆਈਆਂ ਦੀ ਕਿਸੇ ਵੀ ਦੁਕਾਨ ਤੇ ਚਲੇ ਜਾਓ ਸਵੇਰੇ ਸ਼ਾਮ ਰਸ਼ ਲੱਗਾ ਹੁੰਦਾ ਏਦਾਂ ਦੀ ਮਠਾਈ ਦੀ ਦੁਕਾਨ ਹੈ ਜਿੱਥੇ ਉਹਨਾਂ ਕੋ ਆਰਡਰ ਪੂਰਾ ਕਰਨ ਲਈ ਸਮਾਂ ਨਹੀਂ ਹੈਗਾ ਉਹਨਾਂ ਨੇ ਕੋਈ ਵਾਇਰਲੈਸ ਸਿਸਟਮ ਰੱਖਿਆ ਹੋਇਆ ਉਹ ਪਿੱਛੇ ਜਿੱਥੇ ਉਹਨਾਂ ਦਾ ਖਾਣਾ ਪੱਕਦਾ ਹੈ ਰਸੋਈ ਚ ਉੱਥੇ ਮਾਈਕ ਜੀ ਬੋਲੀ ਜਾਂਦੇ ਆ ਵੀ ਆਹ ਲਿਆ ਦਿਓ ਇਹਨਾਂ ਨੰਬਰ ਦਾ ਆਰਡਰ ਕਿੰਨੀ ਤੇ ਜੇ ਅਸੀਂ ਇਹ ਫਰੂਟ ਦੀ ਰੈਡੀ ਤੇ ਚੱਲ ਜਾਈਏ ਜੇ ਅਸੀਂ ਅਸੀਂ ਸਬਜ਼ੀਆਂ ਲੈਣ ਚੱਲ ਜਾਈਏ ਉੱਥੇ ਏਦਾਂ ਕਰ ਤੁਸੀਂ ਸੁਣਿਆ ਸੋ ਇਹ ਸਾਰਾ ਜਿਹੜਾ ਤਾਮਚਾਵਾ ਟੈਸੋ ਸੀਰੋਨ ਲੋ ਹੋਣ ਦਾ ਤੁਹਾਡਾ ਖਾਣਾ ਇਹਨੂੰ ਕੋਈ ਨਾਮ ਨਹੀਂ ਪਹਿਲਾਂ ਖਾਣਾ ਉਸ ਤੋਂ ਬਾਅਦ ਦੂਸਰੇ ਨੰਬਰ ਤੇ ਤੁਹਾਡਾ ਲਾਈਫ ਸਟਾਈਲ ਜਿਹੜਾ ਸਟ्रेस ਭਰਿਆ ਆ ਸਟ्रेस ਭਰਿਆ ਕਿਦਾਂ ਆਪਣੇ ਆਪ ਚ ਹਰ ਕੋਈ ਕਹਿੰਦਾ ਜਿਹੜਾ ਵੀ ਜੇ ਕੋਈ ਪਾਗਲ ਬੰਦਾ ਵੀ ਉਹ ਵੀ ਕਹ ਰਿਹਾ ਮੈਨੂੰ ਕੋਈ ਸਟ्रेस ਥੋੜੀ ਆ ਜੇ ਬੰਦਾ ਕੋਈ ਸੋਚ ਰਿਹਾ ਕਹਿੰਦਾ ਮੈਂ ਥੋੜੀ ਕੋਈ ਸੋਚਦਾ ਸਟ्रेस ਕਿੱਥੋਂ ਆਏ ਸੋਚਣਾ ਕੀ ਆ ਸਾਨੂੰ ਆਪ ਨੂੰ ਨਹੀਂ ਪਤਾ ਲੱਗਦਾ ਸੋਚ ਕੀ ਰਿਹਾ ਆ ਸਟ्रेस ਨਾਲ ਕਿਦਾਂ ਘਟਦਾ ਆ ਕਿ ਬਾਡੀ ਤੁਹਾਡੀ ਦੇ ਜਿਹੜੇ ਸੈੱਲ ਆ ਉਹ ਤੁਹਾਨੂੰ ਫਿੱਟ ਰੱਖਣ ਚ ਜ਼ਿਆਦਾ ਵਿਸ਼ਵਾਸ ਰੱਖਦੇ ਪਰ ਉਸ ਤੋਂ ਵੀ ਜ਼ਰੂਰੀ ਉਹ ਤੁਹਾਨੂੰ ਬਚਾਉਣ ਚ ਜ਼ਿਆਦਾ ਵਿਸ਼ਵਾਸ ਰੱਖਦੇ ਉਦਾਹਰਨ ਦੇ ਤੌਰ ਤੇ ਤੁਹਾਡੀ ਬਾਡੀ ਤੇ ਸੈੱਲ ਸਾਰੇ ਕਿਦਾਂ ਕੰਮ ਕਰਦੇ ਆ ਇੱਕ ਘਰ ਦੇ ਵਿੱਚ ਅਸੀਂ ਬੈਠੇ ਖਾਣਾ ਖਾ ਰਹੇ ਹਾਂ ਬਾਹਰ ਅਚਾਨਕ ਤੇ ਕੋਈ ਚੋਰ ਜਾਂ ਕੋਈ ਚੋਰ ਆ ਗਿਆ ਬਾਹਰ ਅਸੀਂ ਤੁਸੀਂ ਇਹ ਦੇਖੋਗੇ ਪਹਿਲਾਂ ਚੋਰ ਨੂੰ ਬਾਹਰ ਕੱਢਾਂਗੇ ਘਰ ਚੋਂ ਖਾਣਾ ਖਾਵਾਂਗੇ ਹਾਂ ਨਾ ਚੋਰ ਨੂੰ ਕੱਢਾਂਗੇ ਪਹਿਲਾਂ ਜਿੱਦੇ ਸਾਡੀ ਬਾਡੀ ਆ ਬਾਡੀ ਜਿਹੜੀ ਆ ਜਦੋਂ ਤੁਸੀਂ ਕੋਈ ਵੀ ਬਾਹਰੋਂ ਚੀਜ਼ ਭੇਜਦੇ ਆ ਉਹ ਉਹਦੇ ਨਾਲ ਹੀ ਲੜਦੀ ਰਹਿੰਦੀ ਆ ਜੇ ਮੰਨ ਲਓ ਤੁਸੀਂ ਸੋਚ ਵੀ ਬਾਹਰੋਂ ਲਿਆਂਦੀ ਬਾਡੀ ਤੇ ਅੱਡੀ ਉਸ ਸੋਚ ਨਾਲ ਲੜਦੀ ਰਹਿੰਦੀ ਪਹਿਲਾਂ ਇਹਦਾ ਮੈਂ ਦਿਮਾਗ ਕਾਬੂ ਕਰਾ ਅਸੀਂ ਸੋਚ ਨੂੰ ਹਟਦੇ ਨਹੀਂ ਫਿਰ ਉੱਥੇ ਟੈਸਟ ਸਿਰ ਨੂੰ ਕਿੱਥੇ ਬੂਸਟ ਹੋਊਗਾ ਹੁਣ ਅਸੀਂ ਸੋਚਦੇ ਕੀ ਆ ਮੰਨ ਲਓ ਮੈਂ ਤੇ ਮੇਰਾ ਇੱਕ ਦੋਸਤ ਸੀਗੇ ਮੈਂ ਤੇ ਮੇਰਾ ਦੋਸਤ ਸੀਗੇ ਅਸੀਂ ਇਕੱਠੇ ਕਾਲਜ ਪੜ੍ਹਦੇ ਸੀ ਤੇ ਸਾਡਾ ਬਹੁਤ ਕਾਫੀ ਪਿਆਰ ਸੀ ਬਾਅਦ ਚ ਅਸੀਂ ਆਪਣੇ ਕਾਰੋਬਾਰਾਂ ਚ ਵੀ ਆਖਿਰ ਫਸਕੇ کاروبار ਕਰ ਲਾ ਤੇ ਆਪਣੇ ਆਪਣੇ ਕਾਰੋਬਾਰਿਸ ਬੀਜ਼ੀ ਹੋ ਗਏ ਹੁਣ ਮੇਰੇ ਨਾਲ ਦਾ ਜਿਹੜਾ ਦੋਸਤ ਆ ਜਾਂ ਮੈਂ ਹੀ ਲਾਲਾ ਹਮ ਜਦ ਮੈਂ ਲਾਲਾ ਜਾਂ ਮੇਰੇ ਨਾਲ ਦਾ ਦੋਸਤ ਉਹ ਹੀ ਦਿਖ ਰਿਹਾ ਯਾਰ ਇਹ ਤਰੱਕੀ ਕਰ ਗਿਆ ਜਦ ਮੈਂ ਸੋਚੀ ਜਾਂ ਨਾ ਯਾਰ ਮੇਰਾ ਦੋਸਤ ਤਰੱਕੀ ਕਰ ਗਿਆ ਤੇ ਮੈਂ ਤਰੱਕੀ ਨਹੀਂ ਕੀਤੀ ਯਾਰ ਇਹ ਕਿ ਕਿਦਾਂ ਆ ਗਿਆ ਹਮ ਇਹ ਅੱਗੇ ਕਿਦਾਂ ਆ ਗਿਆ ਕੋਈ ਨੇ ਜਗਾੜ ਲਾਇਆ ਉਹਦੀ ਕਿਸਮਤ ਦੇਖ ਲੈ ਕਿੰਨੀ ਵਧੀਆ ਹਨਾ ਇੱਕੋ ਕਾਰ ਵੀ ਹੈਗੀ ਇੱਕੋ ਘਰ ਵੀ ਹੈਗਾ ਮੈਂ ਆਪਣੇ ਦੋਸਤ ਬਾਰੇ ਸੂਚ ਸੋਚ ਕੇ ਟਾਈਮ ਖਰਾਬ ਕਰੀ ਜਨਾ ਤੇ ਉਹਨੂੰ ਹੀ ਅਸੀਂ ਟੈਨਸ਼ਨ ਤੇ ਡਿਪਰੈਸ਼ਨ ਮੰਨਦੇ ਆ ਇੱਕ ਚੀਜ਼ ਤੇ ਜ਼ਿਆਦਾ ਸੋਚੀ ਜਾਣਾ ਪਰ ਇਹ ਨਹੀਂ ਕਦੀ ਮੈਂ ਸੋਚ ਰਿਹਾ ਕਿ ਮੈਂ ਜੇ ਇਹ ਬਣਿਆ ਮੈਂ ਵੀ ਬਣਾ ਮੈਂ ਇਹ ਸੋਚ ਰਿਹਾ ਕਿ ਇਹ ਬਣ ਕੇ ਇਹਦਾ ਹੁਣ ਨੁਕਸਾਨ ਹੋਵੇ ਉਹੀ ਇੱਕ ਟੈਨਸ਼ਨ ਆ ਉਹੀ ਡਿਪਰੈਸ਼ਨ ਉਹੀ ਤੁਹਾਡਾ ਟੈਸਟ ਸਿਦਨ ਕਟਾਰੀ ਆ ਉਸ ਤੋਂ ਬਾਅਦ ਤੁਹਾਡੀਆਂ ਸੌਣ ਦੀਆਂ ਆਦਤਾਂ ਗਲਤ ਆ ਦੇਖੋ ਇੱਕ ਬੰਦਾ ਰਾਤ ਨੂੰ ਜਾਗ ਰਿਹਾ ਜੇ ਉਹ ਤੋਂ ਕਰ ਰਿਹਾ ਕੋਈ ਕੰਮ ਉਹ ਤੋਂ ਕਰ ਰਿਹਾ ਇਨਕਮ ਚਾਹੇ ਮੋਬਾਈਲ ਤੋਂ ਕਰ ਰਿਹਾ ਚਾਹੇ ਕਿਤੇ ਕੰਮ ਕਰ ਰਿਹਾ ਚਾਹੇ ਕਿਤੇ ਕੋਈ ਵੀ ਰਾਤ ਦੀ ਜੌਬ ਕਰ ਰਿਹਾ ਜਾਂ ਨੀਂਦ ਘੱਟ ਲੈ ਰਿਹਾ ਕਦੇ ਲਈ ਪੈਸਾ ਕਮਾਉਣ ਲਈ ਜਾਂ ਪੜ੍ਹਨ ਲਿਖਣ ਲਈ ਫਿਰ ਤੋਂ ਹੈਗਾ ਜਾਇਜ਼ ਫਿਰ ਤੁਹਾਨੂੰ ਉਹਦਾ ਕੋਈ ਬੋਝ ਨਹੀਂ ਕਿਉਂਕਿ ਤੁਸੀਂ ਆਪਣੇ ਦਿਮਾਗ ਨੂੰ ਕਮਾਂਡ ਦੇ ਰਹੇ ਹੋ ਪਰ ਜਦੋਂ ਤੁਸੀਂ ਸਾਰੀ ਰਾਤ ਮੋਬਾਈਲ ਤੇ ਕੱਢਦੇ ਆ ਸਾਰੀ ਰਾਤ ਟੀਵੀ ਤੇ ਕੱਢਦੇ ਆ ਸਾਰੀ ਰਾਤ ਊਲ ਜਨੂਲ ਕਮਾਂਚ ਕੱਢਦੇ ਆ ਨੀਂਦ ਤੁਹਾਡੀ ਪੂਰੀ ਨਹੀਂ ਹੁੰਦੀ ਫਿਰ ਤੁਹਾਡਾ ਟੈਸਟ ਸਿਰ ਕਿਦੋਂ ਬੂਸਟ ਕਰੂਗਾ ਜੋ ਤੁਸੀਂ ਤਿੰਨ ਤੋਂ 4 ਘੰਟੇ ਦੀ ਨੀਂਦ ਉੱਪਰ ਲੈਣੇ ਆ 3 ਘੰਟੇ ਤੋਂ ਉੱਪਰ ਵਾਲੀ ਗਹਿਰੀ ਨੀਂਦ ਲੈਣੇ ਆ ਉਦੋਂ ਤੁਹਾਡੀ ਬੋਡੀ ਟੈਸਟੋਸਟੀਰੋਨ ਰਿਲੀਜ਼ ਕਰਦੀ ਆ ਹੂੰ ਛੋਟੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਆ ਬਹੁਤ ਮਾਇਨੇ ਰੱਖਦੀਆਂ ਅੱਛਾ ਇੱਕ ਚੀਜ਼ ਹੋਰ ਟੈਸਟੋਸਟੀਰਨ ਅਗਰ ਸਾਡੀ ਬੋਡੀ ਚ ਘਟਦਾ ਆ ਮੇਲ ਦੇ ਅੰਦਰ ਉਹ ਟਗਰੋ ਹਾਰਮੋਨ ਘਟਦਾ ਆ ਉਹਦਾ ਇਫੈਕਟ ਸਰੀਰ ਦੇ ਅੰਗਾਂ ਦੇ ਨਾਲ ਲੜਕੀ ਜਿਹੜੀ ਬੰਦੇ ਦੀ ਜਿਹੜੀ ਫਿਜ਼ਿਕਲੀ ਉਹਦੀ ਇੱਕ ਫਿਟਨੈਸ ਆ ਜਾਂ ਆਪਾਂ ਕਹਿ ਦਈਏ ਕਿ ਉਹਦੀ ਫਿਟਨੈਸ ਐਕਟੀਵਿਟੀਆਂ ਨੇ ਉਹਦੇ ਤੇ ਵੀ ਉਹਦਾ ਪੈਂਦਾ ਹੈ ਬਿਲਕੁਲ 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 ਟੈਸਟੋਸਟੀਰੋਨ ਨੂੰ ਇੱਕ ਘਟਾਉਣ ਵਾਲੀ ਗੱਲ ਜਿਹੜੀ ਹੋਰ ਜ਼ਿਆਦਾ ਸਾਡੀ ਜੇਬ ਚ ਮੋਬਾਈਲ ਦਾ ਹੋਣਾ ਮੋਬਾਈਲ ਤੋਂ ਅਸੀਂ ਵੱਖ ਨਹੀਂ ਹੋ ਸਕਦੇ ਮੋਬਾਈਲ ਬਾਣੀ ਇਦਾਂ ਦਾ ਗਿਆ ਹੁਣ ਟੈਸਟੋਸਟੀਰੋਨ ਜਿਹੜਾ ਘਟਦਾ ਆ ਉਹ ਸਾਡੀ ਜੇਬ ਚ ਹਰ ਇੱਕ ਚ ਇੱਕ ਮੋਬਾਈਲ ਤੇ ਹੈ ਹੀ ਆ ਜੀ ਕਿਸੇ ਵੀ ਮੇਲ ਦੀ ਜੇਬ ਆ ਉਹ ਜਦੋਂ ਤੁਸੀਂ ਦੇਖੋ ਮੋਬਾਈਲ ਤੁਹਾਡੀ ਜੇਬ ਵਿੱਚ ਪਾਇਆ ਹੋ ਰੇਸ ਥਰੂ ਚੱਲਦਾ ਆ ਤਾਂ ਤੁਹਾਡਾ ਜਿਹੜਾ ਸੈਕਸਚੁਅਲ ਪਾਰਟ ਉਹਦੇ ਨੇੜੇ ਹੀ ਤੁਹਾਡਾ ਮੋਬਾਈਲ ਆ ਫਿਰ ਉਥੋਂ ਹੀ ਟੈਸਟੋਸਟੀਰਨ ਰਿਲੀਜ਼ ਹੁੰਦਾ ਆ ਉਥੇ ਤੁਹਾਡੇ ਸਪਰਮ ਕਾਊਂਟ ਰਿਲੀਜ਼ ਹੁੰਦੇ ਆ ਜਦੋਂ ਮੋਬਾਈਲ ਦੀ ਵਰਤੋਂ ਜ਼ਿਆਦਾ ਕਰੋਗੇ ਮੈਂ ਨਹੀਂ ਕਹਿੰਦਾ ਮੋਬਾਈਲ ਬੰਦ ਕਰ ਦਿਓ ਨਾ ਮੈਂ ਬੰਦ ਕਰ ਸਾਨੂੰ ਪਰ ਇਹਦੀ ਜਿਹੜੀ ਵਰਤੋਂ ਕਰਕੇ ਇਹਨੂੰ ਬਾਡੀ ਤੋਂ ਦੂਰ ਰੱਖਣਾ ਸ਼ੁਰੂ ਕਰੋ ਖਾਸ ਇਹਦਾ ਸਭ ਤੋਂ ਵੱਡਾ ਕਾਰਨ ਖਾਸ ਤੌਰ ਤੇ ਜਿਹੜੇ ਮੁੰਡੇ 15 ਤੋਂ 20 ਸਾਲ ਦੀ ਉਮਰ ਚ ਜਿੱਥੇ ਇਹਨੇ ਬੂਸਟ ਅਪ ਹੋਣਾ ਆ ਉਥੇ ਅਸੀਂ ਟੈਸਟੋਸਟੀਰੋਨ ਨੂੰ ਬੂਸਟ ਅਪ ਕਰ ਲਈ ਫੂਡ ਵੀ ਖਾਣਾ ਸਹੀ ਹੂੰ ਆ ਉਹਨੂੰ ਪਹਿਲਾਂ ਖਾਣੇ ਜਿਹਨੇ ਗੰਦੀਆਂ ਤਾਂ ਉਤੋਂ ਬਚਣਾ ਆ ਨੀਂਦ ਸਹੀ ਲੈਣੀ ਆ ਮੋਬਾਈਲ ਦੀ ਵਰਤੋਂ ਕਰਨੀ ਆ ਮੋਬਾਈਲ ਦੀ ਵਰਤੋਂ ਕਰਨੀ ਪਰ ਘੱਟ ਤੋਂ ਘੱਟ ਕਰਨੀ ਆ ਜਿੰਨੀ ਕਰਨੀ ਆ ਹੁਣ ਇਹ ਨਹੀਂ ਕਿ ਮੋਬਾਈਲ ਦੀ ਵਰਤੋਂ ਤੁਸੀਂ ਕਹਿੰਦੇ ਮੈਂ ਕਰਨੀ ਮੈਂ 이어ਫੋਨ ਯੂਜ਼ ਕਰ ਉਹ ਤੋਂ ਵੀ ਜ਼ਿਆਦਾ ਖਤਰਨਾਕ ਉਹ ਤਾਂ ਫਿਰ ਰੀਜ਼ ਨਾ ਚੱਲ ਰੇ ਮੈਂ ਮੋਬਾਈਲ ਯੂਜ਼ ਕੀਤਾ ਕੋਸ਼ਿਸ਼ ਕਰੋ ਆਪਣੀ ਇੰਨੀ ਕੁ ਉਮਰ ਦੇ ਵਿੱਚ ਉਹਨੂੰ ਜਦੋਂ ਯੂਜ਼ ਕੀਤਾ ਬਾਡੀ ਤੋਂ ਦੂਰ ਰੱਖਿਆ ਸਭ ਤੋਂ ਜ਼ਰੂਰੀ ਗੱਲ ਸੌਣ ਲੱਗਿਆ ਉਹਨੂੰ ਸਿਰਹਾਣੇ ਰੱਖ ਕੇ ਸੌਣੇ ਅੱਜ ਸਾਡੇ ਕੋਲ అలਾਰਮ ਦੀ ਕਮੀ ਹੋ ਗਈ ਕਿਤੇ ਟਾਈਮ ਪੀਸ ਦੀ ਕਮੀ ਹੋ ਗਈ ਨਹੀਂ ਅਸੀਂ ਹੋ ਗਏ ਸਟਾਈਲਿਸ਼ ਹੋ ਗਏ ਵੀ ਮੇਰੇ ਮੋਬਾਈਲ ਤੇ అలਾਰਮ ਲੱਗਾ ਉਹ ਸਾਰੀ ਰਾਤ ਰੀਸ ਤੁਹਾਡੇ ਵਾਲੇ ਦੋਲੇ ਉਹਨੂੰ ਆਪਣੇ ਬੱਡੇ ਤੋਂ ਦੂਰ ਰੱਖੋ ਇਹ ਸਾਰੀਆਂ ਚੀਜ਼ਾਂ ਸਾਡੇ ਟੈਸਟ ਸੀਰਮ ਨੂੰ ਘਟਾਉਂਦੀਆਂ ਆਂ ਖਾਣਾ ਹੋ ਗਿਆ ਤੁਹਾਡਾ ਲਾਈਫ ਸਟਾਈਲ ਹੋ ਗਿਆ ਤੁਹਾਡਾ ਸੌਣਾ ਉੱਠਣਾ ਬੈਣਾ ਹੋ ਗਿਆ ਤੇ ਤੁਹਾਡਾ ਮੋਬਾਈਲ ਹੋ ਗਿਆ ਤੁਹਾਡੀ ਟੈਨਸ਼ਨ ਡਿਪਰੈਸ਼ਨ ਉਸ ਤੋਂ ਬਾਅਦ ਜੇ ਅਸੀਂ ਆ ਤੁਹਾਡਾ ਸਵਾਲ ਸੀਗਾ ਕਿ ਇਹ ਹੋਰ ਅੰਗਾਂ ਤੇ ਵੀ ਪ੍ਰਭਾਵ ਪਾਉਂਦਾ ਜਾਂ ਹੋਰ ਬੋਡੀ ਜਿਸਰੀ ਦੇ ਕਿਹੜੇ ਕਿਹੜੇ ਅੰਗਾਂ ਦੇ ਉੱਤੇ ਜ਼ਿਆਦਾ ਇਹ ਪ੍ਰਭਾਵ ਪਾਉਂਦਾ ਹੈ ਕੱਲਾ ਟੈਸਟ ਸੀਰਮ ਮੇਲ ਦੀਆਂ ਜੀ ਮੁੰਡੇ ਇਹ ਸੋਚਦੇ ਕਿ ਮਸਲ ਬਣਾਉਣ ਨਾਲ ਜੁੜਿਆ ਹੈ ਜਾਂ ਕੱਲਾ ਸੈਕਸੁਅਲ ਐਕਟੀਵਿਟੀ ਨਾਲ ਜੁੜਿਆ ਨਹੀਂ ਉਹ ਹੈ ਆ ਪਾਰਟ ਆ ਇੱਕ ਪਰ ਬੰਦਿਆਂ ਦਾ ਟੈਸਟ ਸੀਰਮ ਸਿੱਧਾ ਬਦਰਾ ਉਹਨੂੰ ਇਹ ਕਹਿੰਦੇ ਕਿ ਬੰਦੇ ਦੀ ਜਵਾਨੀ ਉੱਥੋਂ ਹੀ ਚੱਲਦੀ ਆ ਬੰਦੇ ਤੇ ਬੁਢਾਪਾ ਕਿਦੋਂ ਹੁੰਦਾ ਆ ਬੁਢਾਪਾ ਸੀ ਕਿਨੂੰ ਕਹਿ ਦਿੰਨੇ ਆ ਬੁਢਾਪਾ ਸੀ ਚਮੜੀ ਨੂੰ ਢਿੱਲਾ ਹੋਣਾ ਤੇ ਕੈਨਾ ਹੀ ਆ ਪਰ ਇੰਟਰਨਲ ਡਿਜ਼ੀਜ਼ ਦਾ ਵਾਰੀ ਜੁੜੀ ਦੇਖਦੇ ਜੇਕਰ ਤਾਂ ਵੀ ਇਹਨਾਂ ਨੂੰ ਬੁਢਾਪਾ ਕਹਿ ਦਿੰਦੇ ਆ ਉਹ ਤਾਂ ਹੈ ਹੀ ਹੈ ਪਰ ਇੰਟਰਨਲ ਡਿਜ਼ੀਜ਼ ਬਿਮਾਰੀਆਂ ਲਾਈਕ ਜੇ ਤੁਹਾਡਾ ਟੈਸਟ ਸੀਰਮ ਲੋਅਰ ਸਭ ਤੋਂ ਪਹਿਲਾਂ ਜੈਂਟਸ ਨੂੰ ਡਾਇਬੀਟਿਸ 슈ਗਰ ਹੋਣੀ ਆ ਤੁਹਾਡੀ ਬਾਡੀ ਨੇ ਇنسੂਲਿਨ ਉਦੋਂ ਤੱਕ ਨਹੀਂ ਪ੍ਰੋਡਿਊਸ ਕਰਨਾ ਉਸ ਤੋਂ ਬਾਅਦ ਜਦੋਂ 슈ਗਰ ਹੁੰਦੀ ਆ ਫਿਰ ਤੁਹਾਡੇ ਲਿਪਿਡ ਜਿਹੜੇ ਆ ਖੂਨ ਜਿਹੜਾ ਤੁਹਾਡਾ ਗਾੜਾ ਹੋਣਾ ਸ਼ੁਰੂ ਹੋ ਉਸ ਤੋਂ ਬਾਅਦ ਲੀਵਰ ਦੀਆਂ ਡਿਜ਼ੀਜ਼ ਹੋਣੀਆਂ ਸ਼ੁਰੂ ਹੁੰਦੀਆਂ ਜਦੋਂ ਇਹ ਤਿੰਨੇ ਇਕੱਠੀਆਂ ਹੋ ਜਾਂਦੀਆਂ ਟੈਸਟ ਸੂਰਨ ਲੋ ਕਰਕੇ ਫਿਰ ਤੁਹਾਡੀ ਬਾਡੀ ਦੇ ਵਿੱਚ ਕਹਿ ਲਈਏ ਕਿ ਜਿਹੜੀਆਂ ਕਿਡਨੀਆਂ ਉਹਨਾਂ ਦਾ ਕੰਮ ਕਰਨਾ ਘਟ ਜਾਂਦਾ ਫਿਰ ਤੁਹਾਡੇ ਜੋੜਾਂ ਤੇ ਪ੍ਰਭਾਵ ਪੈਂਦਾ ਤੁਹਾਡੇ ਵਾਲ ਦਾੜੀ ਦੇ ਚਲੋ ਖਤਮ ਵੀ ਹੋਣੀ ਸ਼ੁਰੂ ਹੋ ਜਾਂਦੇ ਨਾ ਤੁਹਾਡੀ ਜਿਹੜੀ ਜੈਂਟਸ ਦੀ એનર્ਜੀ ਲੋ ਰਹਿੰਦੀ ਆ ਪੋਜ਼ਿਟਿਵ ਮਾਈਂਡ ਨਹੀਂ ਰਹਿੰਦਾ ਮੂਡ ਖਿਜਿਆ ਖਿਜਾ ਰਹਿੰਦਾ ਇਦਾਂ ਦੀ ਸਾਰੀਆਂ ਜਿੰਨੀਆਂ ਐਕਟੀਵਿਟੀਆਂ ਆ ਅੰਦਰੋਂ ਬੁੱਢੀ ਹੋਣੀ ਸ਼ੁਰੂ ਆ ਅੰਦਰੋਂ ਬੁੱਢੀ ਹੋਣੀ ਸ਼ੁਰੂ ਆ ਤੇ ਬਾਹਰੋਂ ਆਪਣਿਆ ਵੀ ਹੋ ਜਾਣੀਆਂ ਸੋ ਇਹ ਕੱਲਾ ਮਸਲ ਨਾਲ ਨਹੀਂ ਜੁੜਿਆ ਕੱਲਾ ਕਿਸੇ ਸੈਕਸੂਅਲ ਐਕਟੀਵਿਟੀ ਨਾਲ ਨਹੀਂ ਜੁੜਿਆ ਤੁਹਾਡੀ ਓਵਰਆਲ ਹਰ ਐਕਟੀਵਿਟੀ ਨਾਲ ਜੁੜਿਆ ਹੋਇਆ ਤੇ ਇਹਦਾ ਘਟਣ ਦਾ ਜਿਹੜਾ ਸਹੀ ਸਮਾਂ ਆ ਕੁਦਰਤੀ ਤੌਰ ਤੇ ਸਮਾਂ ਆ ਉਹ ਹੈਗਾ ਆ ਤਕਰੀਬਨ 35 ਸਾਲ ਤੋਂ ਬਾਅਦ ਵੀ ਇੱਕ ਮਸ਼ੀਨਰੀ 35 ਸਾਲ ਚੱਲ ਗਈ ਹੁਣ ਉਹਨੇ ਬੁੱਢੀ ਹੋਣਾ ਉਦੋਂ ਇਹਦੇ ਹੱਲ ਹੋਰ ਤਰੀਕੇ ਦੇ ਆ ਉਦੋਂ ਪ੍ਰੀਕਾਸ਼ਨ ਵੀ ਲੈਣੀਆਂ ਆ ਤੇ ਇਹਨੂੰ ਕਿਤੇ ਬਾਹਰੋਂ ਟਰੀਟ ਵੀ ਕਰ ਲੈਣਾ ਹੈ ਕਿਤੇ ਬਾਹਰੋਂ ਇਹਦੀ ਕੋਈ ਮੈਡੀਸਿਨ ਕੋਈ ਫੂਡ ਸਪਲੀਮੈਂਟ ਲੈ ਕੇ ਇਹਨੂੰ ਠੀਕ ਵੀ ਕਰ ਸਕਦੇ ਪਰ ਜਿਹੜੀ ਜਵਾਨੀ ਆ ਉਹਦੇ ਵਿੱਚ ਇਹਨੂੰ ਤੁਹਾਨੂੰ ਖੁਦ ਬੂਸਟ ਅਪ ਕਰਨਾ ਪੈਣਾ